ਸੀ ਟੈਕ ਕਹਿੰਦਾ SSV ਐਂਟਰਟੇਨਮੈਂਟ ਤੁਹਾਡਾ ਆਪਣਾ ਚੈਨਲ ਲਓ ਜੀ ਦੋਸਤੋ ਅੱਜ ਆਪਾਂ ਆ ਗਏ ਆ ਬਸਹਿਮੀ ਪਿੰਡ ਚ ਜਣੀ ਅੱਜ ਤੁਹਾਨੂੰ ਬਸਹਿਮੀ ਪਿੰਡ ਨਾਲ ਜਾਣੂ ਕਰਾਵਾਂਗੇ ਪਰ ਇਹ ਗੱਲ ਆਪਦੇ ਧਿਆਨ ਚ ਰੱਖਿਓ ਕਿ ਅੱਜ ਬਸਹਿਮੀਪਿੰਡ ਦਾ ਪਹਿਲਾ ਭਾਗ ਆ ਤੇ ਕੱਲ ਨੂੰ 4 ਵਜੇ ਬਸਹਿਮੀਪਿੰਡ ਦਾ ਦੂਜਾ ਭਾਗ ਆਊਗਾ ਤੇ ਤੁਸੀਂ ਦੋਨੋਂ ਪ੍ਰੋਗਰਾਮ ਚੰਗੀ ਤਰ੍ਹਾਂ ਦੇਖ ਲਿਓ ਜੇ ਤੁਹਾਨੂੰ ਪਿੰਡ ਦੀ ਕੋਈ ਸਾਂਝੀ ਥਾਂ ਇਹਨਾਂ ਦੋਵਾਂ ਭਾਗਾਂ 'ਚ ਨਾ ਦੇਸੀ ਫਿਰ ਤੁਸੀਂ ਸਾਨੂੰ ਕਮੈਂਟ ਕਰਕੇ ਜਾਂ ਫਿਰ ਸੁਖਦੀਪ ਸਿੰਘ ਲੀਹਾਂ ਵਾਲੇ ਵੀਰ ਨੂੰ ਆਹ ਫੋਨ ਤੇ ਗੱਲ ਕਰਕੇ ਦੱਸ ਸਕਦੇ ਹੋ ਤੇ ਜੇ ਤੁਸੀਂ ਸਾਡਾ ਪ੍ਰੋਗਰਾਮ ਪਾਕਿਸਤਾਨ ਦੇ ਕਿਸੇ ਪਿੰਡ 'ਚ ਬਹਿ ਕੇ ਦੇਖ ਰਹੇ ਹੋ ਤੇ ਤੁਹਾਡੇ ਕੋਲ ਬਸਹਿਮੀਪਿੰਡ ਦੀ ਕੋਈ ਜਾਣਕਾਰੀ ਆ ਤਾਂ ਤੁਸੀਂ ਪੀਰ ਆਬਦ ਅਲੀ ਸ਼ਾਹ ਜੀ ਨੂੰ ਆਹ ਫੋਨ ਤੇ ਗੱਲ ਦੱਸ ਸਕਦੇ ਹੋ ਤੇ ਉਹ ਸਾਰੀਆਂ ਜਾਣਕਾਰੀਆਂ ਆਪਾਂ ਮੂਰਲੇ ਸੋਮਵਾਰ ਨੂੰ ਸ਼ਾਮ ਨੂੰ 4 ਵਜੇ ਬਸਹਿਮੀਪਿੰਡ ਦੇ ਤੀਜੇ ਭਾਗ 'ਚ ਜਰੂਰ ਸ਼ਾਮਲ ਕਰਾਂਗੇ ਚਲੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਬਸਹਿਮੀਪਿੰਡ ਦਾ ਭਾਗ ਪਹਿਲਾ ਦੋਸਤੋ ਬਸਹਿਮੀਪਿੰਡ ਨੂੰ ਜ਼ਿਲ੍ਹਾ ਲੱਗਦਾ ਲੁਧਿਆਣਾ ਤੇ ਅੱਜ ਕੱਲ ਤਾਂ ਤਹਿਸੀਲ ਵੀ ਲੁਧਿਆਣਾ ਹੀ ਲੱਗਦੀ ਆ ਪਰ ਪਹਿਲੇ ਸਮਿਆਂ 'ਚ ਇਸ ਪਿੰਡ ਨੂੰ ਤਹਿਸੀਲ ਜਗਰਾਉਂ ਲੱਗਦੀ ਹੁੰਦੀ ਸੀ ਤੇ ਬਸਹਿਮੀਪਿੰਡ ਨੂੰ ਡਾਕਖਾਨਾ ਲੱਗਦਾ ਮਾਲਕਪੁਰ ਪਿੰਡ ਦਾ ਦੋਸਤੋ ਬਸਹਿਮੀਪਿੰਡ ਲੁਧਿਆਣੇ ਤੋਂ ਹੰਬੜਾ ਤੇ ਸੱਦਵਾ ਪਿੰਡ ਨੂੰ ਜਾਣ ਵਾਲੀ ਸੜਕ ਤੇ ਪੈ ਜਾਂਦਾ ਜਾਨੀ ਜੇ ਤੁਸੀਂ ਲੁਧਿਆਣੇ ਤੋਂ ਹੰਬੜਾ ਨੂੰ ਉਹੋਂਗੇ ਤਾਂ ਮਲਕਪੁਰ ਪਿੰਡ ਟੱਪ ਕੇ ਤੇ ਹੰਬੜਾ ਕਸਬੇ ਤੋਂ ਪਹਿਲਾਂ ਹੀ ਤੁਹਾਨੂੰ ਬਸਹਿਮੀ ਪਿੰਡ ਦਾ ਬਸਰਡਾ ਦਿਖ ਜੂਗਾ ਤੇ ਫੇਰ ਤੁਸੀਂ ਆਹ ਸੜਕ ਨੂੰ ਮੁੜ ਜਿਓ ਇਹ ਸੜਕ ਸਿੱਧੀ ਬਸਹਿਮੀਪਿੰਡ ਨੂੰ ਹੀ ਜਾਂਦੀ ਆ ਤੇ ਕਹਿੰਦੇ ਲੁਧੇਣੇ ਤੋਂ ਹੰਬੜਾ ਨੂੰ ਜਿਹੜੀ ਮਾਲਵਾ ਵਾ ਸਰਵਿਸ ਤੇ ਢਿੱਲੋਂ ਵਾ ਸਰਵਿਸ ਦੀਆਂ ਬੱਸਾਂ ਚੱਲਦੀਆਂ ਨੇ ਉਹ ਦੋਵੇਂ ਬਸਾਂ ਹੀ ਬਸਹਿਮੀਪਿੰਡ ਦੇ ਵਿੱਚ ਦੀ ਹੋ ਕੇ ਲੰਘਦੀਆਂ ਨੇ ਤੇ ਜੇ ਤੁਸੀਂ ਜਗਰਾਵਾ ਤੋਂ ਜਾਂ ਮੁੱਲਾਪੁਰ ਤੋਂ ਬਸਹਿਮੀਪਿੰਡ ਆਉਣਾ ਫਿਰ ਹੰਬੜਾ ਕਸਬਾ ਤੇ ਫਾਗਲਾ ਪਿੰਡ ਦਾ ਬੱਸ ਸਟਾਪ ਕੇ ਅਗਲਾ ਬੱਸ ਸਟਾਪ ਬਸਹਿਮੀਪਿੰਡ ਦਾ ਹੀ ਆ ਮੈਨੂੰ ਲੱਗਦਾ ਹੁਣ ਤਾਂ ਕੋਈ ਵੀ ਕਿਤੋਂ ਵੀ ਬਸਹਿਮੀਪਿੰਡ 'ਚ ਪਹੁੰਚ ਜਾਊਗਾ ਆਪਾਂ ਹੁਣ ਅੱਗੇ ਚੱਲਦੇ ਆਂ ਤੇ ਤੁਹਾਨੂੰ ਬਸੈਮੀਪਿੰਡ ਦੀਆਂ ਕੁਝ ਹੋਰ ਜਾਣਕਾਰੀਆਂ ਦਿੰਨੇ ਆ ਦੋਸਤੋ ਬਸੈਮੀਪਿੰਡ ਦੇ ਐਮਪੀ ਨੇ ਸਰਦਾਰ ਰਵਨੀਤ ਸਿੰਘ ਬਿੱਟੂ ਤੇ ਹਲਕਾ ਲੱਗਦਾ ਲੁਧਿਆਣਾ ਤੇ ਉਹ ਕਾਂਗਰਸ ਪਾਰਟੀ ਵੱਲੋਂ ਇਸ ਹਲਕੇ ਦੇ ਐਮਪੀ ਨੇ ਪਰ ਹੁਣ ਵੋਟਾਂ ਦਾ ਮੌਸਮ ਦੁਬਾਰਾ ਆਇਆ ਹੋਇਆ ਤੇ ਬਿੱਟੂ ਸਾਹਿਬ ਹੁਣ ਕਾਂਗਰਸ ਪਾਰਟੀ ਨੂੰ ਛੱਡ ਕੇ ਬੀਜੇਪੀ ਦੇ ਵੱਲੋਂ ਇੱਕ ਵਾਰ ਫਿਰ ਇਸ ਇਲਾਕੇ ਦੇ ਐਮਪੀ ਦੀ ਚੋਣ ਲੜ ਰਹੇ ਨੇ ਤੇ ਐਮਐਲਏ ਨੇ ਸਰਦਾਰ ਜੀਵਨ ਸਿੰਘ ਸੰਘੋਵਾਲੀਆ ਤੇ ਐਮਐਲਏ ਦਾ ਹਲਕਾ ਗਿੱਲ ਪੈ ਜਾਂਦਾ ਇਸ ਪਿੰਡ ਨੂੰ ਤੇ ਸੰਘੋਵਾਲੀਆ ਸਾਹਿਬ ਆਮ ਆਦਮੀ ਪਾਰਟੀ ਵੱਲੋਂ ਇਸ ਇਲਾਕੇ ਦੇ ਐਮਐਲਏ ਚੁਣੇ ਗਏ ਨੇ ਬਾਕੀ ਦੋਸਤੋ ਦੇਖਣ ਨੂੰ ਤਾਂ ਪਿੰਡ ਬਹੁਤ ਸੋਹਣਾ ਪਰ ਬਹੁਤਾ ਵੱਡਾ ਪਿੰਡ ਨਹੀਂ ਇਹ ਇੱਥੋਂ ਦੀ ਵੋਟ ਸਾਡੇ ਕਿ 300 ਦੇ ਆਸ-ਪਾਸ ਹੀ ਆ ਤੇ ਆ ਜਿਹੜੀਆਂ ਪੰਚਾਇਤਾਂ ਦਾ ਹੁਣੇ-ਹੁਣੇ ਕਾਰਜਕਾਲ ਖਤਮ ਹੋਇਆ ਉਹਦੇ ਸਰਪੰਚ ਨੇ ਸਰਦਾਰ ਸੁਖਵਿੰਦਰ ਸਿੰਘ ਜੀ ਤੇ ਪੰਚਾਇਤ ਮੈਂਬਰ ਸਹਿਬਾਨ ਨੇ ਸਰਦਾਰ ਬਲਵਿੰਦਰ ਸਿੰਘ ਜੀ, ਸਰਦਾਰ ਪਰਮਿੰਦਰ ਸਿੰਘ ਜੀ, ਸਰਦਾਰ ਮਹਿੰਦਰਪਾਲ ਸਿੰਘ ਜੀ, ਸਰਦਾਰ ਸਰਿੰਦਰ ਸਿੰਘ ਜੀ ਤੇ ਬੀਬੀ ਕਮਲਜੀਤ ਕੌਰ ਜੀ ਇਹ ਸਾਰੀ ਪੰਚਾਇਤ ਹੀ ਵਧਾਈ ਦੀ ਪਾਤਰ ਆ ਕਿਉਂਕਿ ਪਿੰਡ ਦੇ ਲੋਕੀ ਇਹਨਾਂ ਦੇ ਕੰਮ ਤੋਂ ਕਾਫੀ ਸੰਤੁਸ਼ਟ ਨੇ ਫਿਰ ਦੋਸਤੋ ਬਸੈਮੀ ਪਿੰਡ ਦੇ ਨੰਬਰਦਾਰ ਸਾਹਿਬ ਨੇ ਸਰਦਾਰ ਸਰਿੰਦਰਪਾਲ ਸਿੰਘ ਜੀ ਤੇ ਸਰਦਾਰ ਦਲਜੀਤ ਸਿੰਘ ਜੀ ਚਲੋ ਹੁਣ ਨਾਲ ਹੀ ਤੁਹਾਨੂੰ ਪਿੰਡ ਦੇ ਚੌਕੀਦਾਰ ਸਾਹਿਬ ਬਾਰੇ ਵੀ ਦੱਸ ਦਿੰਨੇ ਆ ਪਿੰਡ ਦੇ ਚੌਕੀਦਾਰ ਸਾਹਿਬ ਨੇ ਸਰਦਾਰ ਦਰਬਾਰਾ ਸਿੰਘ ਜੀ ਫਿਰ ਦੋਸਤੋ ਬਸੈਮੀ ਪਿੰਡ ਦੇ ਸਰਦਾਰ ਗੁਰਦੇਵ ਸਿੰਘ ਜੀ ਕਹਿੰਦੇ ਸਾਡੇ ਬਾਪੂ ਨੇ ਜਰਮਨ ਦੇ ਖਿਲਾਫ ਵਰਲਡ ਵਾਰ 'ਚ ਹਿੱਸਾ ਲਿਆ ਸੀ ਤੇ ਉਹ ਅੰਗਰੇਜ਼ਾਂ ਨਿਓ ਲੜਦੇ ਲੜਦੇ ਇਸ ਲੜਾਈ 'ਚ ਬਹੁਤ ਜ਼ਖਮੀ ਹੋ ਗਏ ਸੀ ਇਸੇ ਕਰਕੇ ਉਹਨਾਂ ਨੂੰ ਵਾਪਸ ਭੇਜਤਾ ਸੀ ਉੱਥੇ ਉਹ ਆਪਦੀ ਕੁਰਬਾਨੀ ਲਈ ਤੇ ਆਪਦੇ ਜੀਵਨ ਬਸਰ ਲਈ ਦਰਖਾਸਤ ਦੇ ਕੇ ਆਏ ਸੀ ਕਿ ਮੈਨੂੰ ਭਾਰਤ 'ਚ ਥੋੜੀ-ਬਹੁਤੀ ਜ਼ਮੀਨ ਦੇ ਦਿੱਤੀ ਜਾਵੇ ਪਰ ਗੁਰਦੇਵ ਸਿੰਘ ਜੀ ਦੇਖੇ ਕਿ ਅਸੀਂ ਹਲੇ ਤੱਕ ਕੋਟਕਚਰੀਆਂ 'ਚ ਪਰੇ ਫਿਰਦੇ ਆ ਨਾ ਤਾਂ ਸਾਨੂੰ ਕੋਈ ਜ਼ਮੀਨ ਮਿਲੀ ਆ ਤੇ ਨਾ ਹੀ ਕੋਈ ਪੈਨਸ਼ਨ ਲੱਗੀ ਆ ਬਾਪੂ ਗੁਰਦੇਵ ਸਿੰਘ ਜੀ ਇਦਾਂ ਦੇ ਅਸੀਂ ਬਹੁਤ ਹੋਰ ਪਿੰਡਾਂ 'ਚ ਵੀ ਕੇਸ ਦੇਖੇ ਆ ਅਸਲ 'ਚ ਭਾਰਤ ਸਰਕਾਰ ਕਹਿੰਦੀ ਆ ਕਿ ਤੁਸੀਂ ਅੰਗਰੇਜ਼ਾਂ ਦੀ ਫੌਜ ਵੱਲੋਂ ਲੜੇ ਆ ਉਹਨਾਂ ਤੋਂ ਹੀ ਪੈਨਸ਼ਨ ਮੰਗੋ ਬਾਕੀ ਸਾਡੀ ਤੁਹਾਡੇ ਨਾਲ ਹਮਦਰਦੀ ਆ ਤੇ ਰੱਬ ਅਗੇ ਅਰਦਾਸ ਵੀ ਕਰਦੇ ਆ ਕਿ ਤੁਹਾਨੂੰ ਤੁਹਾਡਾ ਬਣਦਾ ਹੱਕ ਜ਼ਰੂਰ ਮਿਲੇ ਚਾਹੇ ਭਾਰਤ ਸਰਕਾਰ ਦੇਵੇ ਚਾਹੇ ਇੰਗਲੈਂਡ ਦੀ ਸਰਕਾਰ ਦੇਵੇ ਜਿਉਂਦੇ ਰਹੋ ਜੀ ਚਲੋ ਦੋਸਤੋ ਹੋ ਕਰਦੇ ਆ ਹੁਣ ਤੁਹਾਨੂੰ ਪਿੰਡ ਬਸਹਿਮੀ ਦੇ ਨਾਂ ਦੀ ਕਹਾਣੀ ਦੱਸ ਦਿੰਨੇ ਆ ਕਿ ਪਿੰਡ ਦਾ ਨਾਂ ਕਿਵੇਂ ਪਿਆ ਅਸਲ 'ਚ ਦੋਸਤੋ ਬਸਹਿਮੀ ਪਿੰਡ ਕੋਈ ਧਾਈਕ ਸਾਲ ਪੁਰਾਣਾ ਤੇ ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਇਸ ਪਿੰਡ 'ਚ ਜ਼ਿਆਦਾ ਮੁਸਲਮਾਨ ਪਰਿਵਾਰ ਹੀ ਰਹਿੰਦੇ ਸੀ ਥੋੜੇ ਜਿਹੇ ਘਰ ਰਾਜਪੂਤਾਂ ਦੇ ਸੀ ਤੇ ਮਸਾਂ ਦੋ ਘਰ ਸਿੱਖਾਂ ਦੇ ਸੀ ਤੇ ਉਹਨਾਂ ਪਰਿਵਾਰਾਂ 'ਚ ਸਰਦਾਰ ਗੁਰਦੇਵ ਸਿੰਘ ਜੀ ਦਾ ਪਰਿਵਾਰ ਵੀ ਇੱਕ ਆ ਜਿਹੜਾ ਇਸ ਪਿੰਡ ਜੱਦੀ ਵਸਿਆ ਹੋਇਆ ਤੇ ਸਰਦਾਰ ਗੁਰਦੇਵ ਸਿੰਘ ਜੀ ਕਹਿੰਦੇ ਬਸਹਿਮੀ ਪਿੰਡ ਦਾ ਨਾਮ ਮੁਸਲਮਾਨ ਪਰਿਵਾਰਾਂ ਨੇ ਰੱਖਿਆ ਸੀ ਤੇ ਉਹ ਵਿਚਾਰੇ ਸਾਰੇ ਵਟਵਾਰੇ ਵੇਲੇ ਪਾਕਿਸਤਾਨ ਚਲੇ ਗਏ ਸੀ ਤੇ ਸਾਡੇ ਕੋਲੇ ਤੱਕ ਪਿੰਡ ਦੇ ਨਾਮ ਬਾਰੇ ਕੋਈ ਜ਼ਿਆਦਾ ਜਾਣਕਾਰੀ ਹੈ ਨਹੀਂ ਜੇ ਤੁਹਾਨੂੰ ਜ਼ਿਆਦਾ ਜਾਣਕਾਰੀ ਚਾਹੀਦੀ ਆ ਤਾਂ ਤੁਸੀਂ ਪਾਕਿਸਤਾਨ 'ਚ ਸੰਪਰਕ ਕਰੋ ਫਿਰ ਮੈਂ ਉਹਨਾਂ ਦੀ ਗੱਲ ਮੰਨ ਕੇ ਪਾਕਿਸਤਾਨ ਚ ਰਹਿੰਦੇ ਆਪਦੇ ਦੋਸਤ ਪੀ ਰਾਬੀ ਦੇ ਲਈ ਸ਼ਾਹਜੀ ਦੀ ਡਿਊਟੀ ਲਾਈ ਕੇ ਫਾਗਲੇ ਤੇ ਬਸਹਿਮੀ ਪਿੰਡ ਦੀ ਜਾਣਕਾਰੀ ਲੱਭ ਕੇ ਦਿਓ ਜੇ ਹਲੇ ਵੀ ਇਹਨਾਂ ਪਿੰਡਾਂ ਦਾ ਕੋਈ ਬਜ਼ੁਰਗ ਹੈਗਾ ਤਾਂ ਤੇ ਫਿਰ ਉਹਨਾਂ ਨੂੰ ਫਾਗਲੇ ਪਿੰਡ ਤੋਂ ਉੱਜੜ ਕੇ ਪਾਕਿਸਤਾਨ ਜਾ ਕੇ ਬਸਿਆ ਹੋਇਆ ਇੱਕ ਪਰਿਵਾਰ ਮਿਲ ਗਿਆ ਉਹ ਕਹਿੰਦੇ ਜੀ ਜਿਨ੍ਹਾਂ ਨੇ ਬਸਹਿਮੀ ਪਿੰਡ ਬਸਾਇਆ ਸੀ ਉਹ ਮੁਸਲਮਾਨ ਪਰਿਵਾਰ ਹੀ ਸੀ ਤੇ ਇਸ ਇਲਾਕੇ ਦੇ ਜ਼ੈਲਦਾਰ ਸੀ ਉਹ ਤੇ ਜੇਲਦਾਰ ਦੀਆਂ ਪੰਜਾਂ ਔਲਾਦਾਂ ਸਨ ਜਿਨ੍ਹਾਂ 'ਚੋ ਤਿੰਨ ਮੁੰਡੇ ਤੇ ਦੋ ਕੁੜੀਆਂ ਸੀ ਤੇ ਉਸ ਜੇਲਦਾਰ ਨੇ ਆਪਦੇ ਬੱਚਿਆਂ ਦੇ ਨਾਂ ਤੇ ਹੀ ਇਸ ਇਲਾਕੇ ਦੇ ਪੰਜ ਪਿੰਡ ਆਵਾਦ ਕੀਤੇ ਸੀ ਤੇ ਬਸਹਿਮੀ ਉਸ ਜੇਲਦਾਰ ਦੀ ਕੁੜੀ ਦਾ ਨਾਂ ਸੀ ਜਿਹਦੇ ਨਾਂ ਤੇ ਇਹ ਪਿੰਡ ਵਸਿਆ ਤੇ ਦੂਜੀ ਕੁੜੀ ਸੀ ਬੀਰਮੀ ਉਹਦੇ ਨਾਂ ਤੇ ਬੀਰਮੀ ਪਿੰਡ ਵਸਿਆ ਹੋਇਆ ਤੇ ਬਸਹਿਮੀ ਤੇ ਬੀਰਮੀ ਦੇ ਇੱਕ ਭਰਾ ਮਲਿਕ ਦੇ ਨਾਂ ਤੇ ਮਲਕਪੁਰ ਪਿੰਡ ਫੱਗੂ ਦੇ ਨਾਂ ਤੇ ਫਾਗਲਾ ਪਿੰਡ ਤੇ ਈਸੇ ਦੇ ਨਾਂ ਤੇ ਈਸੀ ਵਾਲ ਪਿੰਡ ਵਸਾਇਆ ਸੀ ਤੁਸੀਂ ਓਂ ਕਰੋ ਫਾਗਲੇ ਪਿੰਡ ਨੂੰ ਛੱਡ ਕੇ ਪਾਕਿਸਤਾਨ ਜਾ ਕੇ ਬਸੇ ਪਰਿਵਾਰ ਦੇ ਫਤਿਹ ਮੁਹੰਮਦ ਦੀਆਂ ਗੱਲਾਂ ਆਪ ਹੀ ਸੁਣੋ ਫਿਰ ਤੁਹਾਨੂੰ ਪੂਰੀ ਜਾਣਕਾਰੀ ਮਿਲੂ ਆਪਣਾ ਪਿੰਡ ਇੰਡੀਆ 'ਚ ਕਿਹੜਾ ਸੀ ਫਾਗਲਾ ਤਹਿਸੀਲ ਜਿਲ੍ਹਾਵਾਂ ਜਿਲ੍ਹਾ ਲੁਧੇrana ਜਿਲ੍ਹਾ ਲੁਧੇrana ਤਹਿਸੀਲ ਜਗਰਾਮ ਹਾਂ ਤੇ ਤੁਹਾਡਾ ਦਿਲ ਕਰਦਾ ਇੰਡੀਆ ਜਾਣ ਨੂੰ ਹਾਂ ਬਹੁਤ ਦਿਲ ਕਰਦਾ ਸਾਰਾ ਕੁਝ ਹੋ ਚੁੱਕਾ ਹੈ ਅੱਛਾ ਤੇ ਇਹ ਫਾਗਲਾ ਨਾਂ ਕੋ ਰੱਖਿਆ ਸੀ ਫਾਗਲਾ ਕੱਤ ਨਾਮ ਮਸ਼ਹੂਰ ਸੀ ਫਾਗਲਾ ਤੇ ਮਲਕੋਤ ਤੇ ਮਹਿਜਵਾ ਇਹជា ਇਹ ਤਿੰਨ ਭਾਈ ਸੀ ਵੀਰ ਵੀ ਭਰਾਵੀ ਇਹ ਦੋਨਾਂ ਨੇ ਪਹਿਲਾਂ ਇਹ ਜਾਇਦ ਇਹਨਾਂ ਦੀ ਅੱਛਾ ਤੇ ਦੋ ਭਰਾ ਸੀ ਇਹ ਹਾਂ ਦੋ ਭਾਈ ਜੋ ਘਰ ਅੱਛਾ ਇਹਨਾਂ ਦੀ ਜਾਇਦ ਸੀ ਇਹ ਹਾਂ ਅੱਛਾ ਅੱਛਾ ਤੇ ਉੱਥੇ ਕੋਈ ਮੇਲਾ ਮੂਲਾ ਲੱਗਦਾ ਸੀ ਕੋਈ ਪਿੰਡ ਮੇਲਾ ਸਲੇਮਪੁਰ ਸਲੇਮਪੁਰ ਹਾਂ ਉਹ ਪਿੰਡ ਜਿਹੜੇ ਫੁੱਟਾ ਪਿੰਡ ਰਿਪੋਟਾਂ ਦਾ ਸੀ ਉਹ ਉੱਥੇ ਮੇਲਾ ਲੱਗਦਾ ਅੱਛਾ ਉੱਥੇ ਮੇਲਾ ਲੱਗਦਾ ਸੀ ਧੰਨਵਾਦ ਫਤਿਹ ਮੁਹੰਮਦ ਜੀ ਜਿਉਂਦੇ ਰਹੋ ਜੀ ਜਾਣੀ ਦੋਸਤੋ ਇਦਾਂ ਇਹ ਪੂਰਾ ਇਲਾਕਾ ਆਵਾਦ ਹੋਇਆ ਚਲੋ ਹੁਣ ਤੁਹਾਨੂੰ ਪਿੰਡ ਦੀਆਂ ਹੋਰ ਜਾਣਕਾਰੀਆਂ ਦੇ ਦਿੰਨੇ ਆ ਪਰ ਮੈਂ ਤੁਹਾਨੂੰ ਇੱਥੇ ਇਸ ਪਿੰਡ ਦੇ ਲੋਕਾਂ ਦੀ ਇੱਕ ਖਾਸ ਗੱਲ ਜ਼ਰੂਰ ਦੱਸਣੀ ਚਾਹਾਂਗਾ ਉਹ ਇਹ ਕਿ ਪਿੰਡ ਦੇ ਲੋਕ ਪੜ੍ਹੇ ਲਿਖੇ ਤਾਂ ਬਹੁਤ ਨਹੀਂ ਪਰ ਕਈ ਪਿੰਡ ਦੇ ਲੋਕ ਬਹੁਤ ਹੀ ਭੋਲੇ ਨੇ ਜਦੋਂ ਸੁਖਦੀਪ ਸਿੰਘ ਲੀਹਾਂ ਵਾਲਾ ਵੀਰ ਪਿੰਡ ਦੇ ਵੀਡੀਓ ਬਣਾ ਰਿਹਾ ਸੀ ਤਾਂ ਇੱਕ ਪਰਿਵਾਰ ਕਹਿੰਦਾ ਜੀ ਤੁਸੀਂ ਦੂਰੋਂ ਆਏ ਹੋ ਆਜੋ ਤੁਹਾਨੂੰ ਚਾਹ ਪਾਣੀ ਪਿਆ ਦिए ਸੁਖਦੀਪ ਕਹਿੰਦਾ ਠੀਕ ਆ ਵੀਰ ਤੁਸੀਂ ਐਂ ਕਰੋ ਚਾਹ ਤਰਾਓ ਮੈਂ ਆਹ ਵੀਡੀਓ ਬਣਾ ਕੇ ਆ ਗਿਆ ਚਲੋ ਜੀ ਸੁਖਦੀਪ ਨੂੰ ਉਹਨਾਂ ਨੇ ਬਰਾਂਡੇ 'ਚ ਬਿਠਾ ਕੇ ਪਹਿਲਾਂ ਤਾਂ ਪਾਣੀ ਪਿਆ ਫਿਰ ਇੱਕ ਗੜਬੀ ਚਾਹ ਦੀ ਦੇ ਨਾਲ ਇੱਕ ਖਾਲੀ ਸਟੀਲ ਦਾ ਗਲਾਸ ਲਿਆ ਕੇ ਟੇਬਲ ਤੇ ਰੱਖਤਾ ਤੇ ਜਦੋਂ ਸੁਖਦੀਪ ਗੜਵੀ ਚੋਂ ਗਲਾਸ ਚ ਚਾਹ ਪਾ ਰਿਆ ਸੀ ਤਾਂ ਅੰਦਰੋਂ ਬੁੜੀਆਂ ਨੇ ਇੱਕ ਪਲੇਟ ਚ ਬਿਸਕੁਟ ਵੀ ਲਿਆ ਕੇ ਰੱਖਤੇ ਨਾਲੇ ਤਾਂ ਸੁਖਦੀਪ ਚਾਹ ਨਾਲ ਬਿਸਕੁਟ ਖਾਈ ਗਿਆ ਨਾਲੇ ਉਹਨਾਂ ਤੋਂ ਪਿੰਡ ਬਾਰੇ ਜਾਣਕਾਰੀਆਂ ਲੈਂਦਾ ਰਿਹਾ ਪਰ ਇਸੇ ਦੌਰਾਨ ਉਹਨਾਂ ਦੇ ਬੱਚੇ ਪਹਿਲਾਂ ਤਾਂ ਦੂਰੋਂ ਦੂਰੋਂ ਬਿਸਕਟਾਂ ਨੂੰ ਘੂਰਦੇ ਜੇ ਫਿਰਨ ਫਿਰ ਹੌਲੀ ਹੌਲੀ ਉਹ ਬਿਸਕਟਾਂ ਦੇ ਨੇੜੇ ਤੇੜੇ ਆ ਕੇ ਖੜੇ ਜੇ ਦੇਣ ਲੱਗੇ ਪਰ ਜਦੋਂ ਅਖੀਰ ਜਮਾਂ ਹੀ ਸਫਰ ਦਾ ਪਿਆਲਾ ਟੁੱਟ ਗਿਆ ਤਾਂ ਇੱਕ ਜਵਾਕ ਨੇ ਵਿਚਾਰੇ ਨੇ ਹਲੇ ਪਲੇਟ 'ਚ ਪਏ ਬਿਸਕਟ ਨੂੰ ਹੱਥ ਪਾਇਆ ਹੀ ਸੀ ਤਾਂ ਪਿੱਛੇ ਉਹਦੀ ਬੀਬੀ ਨੇ ਵੜ ਲਿਆ ਤੇ ਕਹਿੰਦੀ ਹਰਾਮਦਿਆਂ ਦੀ ਜੀਬ ਤੇ ਜਮਾਂ ਹੀ ਕਾਬੂ ਨਹੀਂ ਬਈ ਪਹਿਲਾਂ ਜਿਹੜਾ ਵਿਚਾਰਾ ਕੋਈ ਆਇਆ ਗਿਆ ਉਹਨੂੰ ਤਾਂ ਝੁਲਸ ਲੈਣ ਦਿਓ ਉਹ ਵੀ ਮੁੰਡਾ ਸਿਆਣਾ ਲੱਗਦਾ ਵਿਚਾਰਾ ਸਾਰੇ ਬਿਸਕਟ ਥੋੜੀ ਖਾ ਜੂ ਚੱਲ ਭਾਜੋ ਅੰਦਰ ਚਪੇੜਾਂ ਪੈਣਗੀਆਂ ਜੇ ਨੀਂਦ ਦਿਖਾਈ ਜਾ ਤਾਂ ਇਹ ਸੀਨ ਦੇਖ ਕੇ ਸੁਖਦੀਪ ਦੇ ਬਿਸਕਟ ਦਾ ਕੀ ਨਿਕਲਣਾ ਸੀ ਚਾਹ ਵੀ ਮਸਾਂ ਪੀਤੀ ਜਾਣੀ ਸਾਡੇ ਪਿੰਡਾਂ 'ਚ ਇਦਾਂ ਦਾ ਹੀ ਖੁੱਲਾ ਸੁਭਾਅ ਕੋਈ ਬੜਾ ਦਿਖਾਵੇ ਤੁਗੂ ਵਾਲਾ ਕੰਮ ਨਹੀਂ ਤੇ ਜਦੋਂ ਸੁਖਦੀਪ ਨੇ ਮੈਨੂੰ ਇਹ ਗੱਲ ਦੱਸੀ ਤਾਂ ਮੈਂ ਕਿਹਾ ਭਰਾਵਾ ਫੇਰ ਵੀ ਮਾਈ ਆਪ ਦਾ ਮੂੰਹ ਬੋਝ ਗਈ ਨਹੀਂ ਤਾਂ ਆਪਣੀਆਂ ਬੁੜੀਆਂ ਕਹਿੰਦੀਆਂ ਹੁੰਦੀਆਂ ਕਿ ਪਹਿਲਾਂ ਕਿਸੇ ਆਏਗੇ ਕੰਜਰ ਨੂੰ ਝੁੱਲਸ ਲੈਣ ਦੋ ਫਿਰ ਤੁਸੀਂ ਡੱਫਲਿਓ ਜਾਣੀ ਇਹੋ ਜੀਆਂ ਗੱਲਾਂ ਦਾ ਆਪਣੇ ਪਿੰਡਾਂ 'ਚ ਬੁਰਾ ਵੀ ਨਹੀਂ ਮੰਨਦੇ ਤੇ ਮੰਨਣਾ ਵੀ ਨਹੀਂ ਚਾਹੀਦਾ ਇੱਥੋਂ ਇਹ ਪਤਾ ਲੱਗਦਾ ਕਿ ਅਗਲੇ ਤੁਹਾਡੇ ਸਾਹਮਣੇ ਚੰਗੇ ਬਣਦਾ ਦਿਖਾਵਾ ਨਹੀਂ ਕਰ ਰਹੇ ਜਿਹੋ ਜੇ ਹੈਗੇ ਆ ਉਵੇਂ ਹੀ ਆ ਜਾਣੀ ਜਮਾ ਹੀ ਖਰੇ ਜਿਉਂਦੇ ਰਹੋ ਜੀ ਤੁਹਾਡਾ ਧੰਨਵਾਦ ਕਿ ਤੁਸੀਂ ਸਾਨੂੰ ਚਾਹ ਪਿਆਈ ਉਹ ਵੀ ਬਿਸਕੁਟਾਂ ਦੇ ਨਾਲ ਪਰ ਜਵਾਕੋ ਤੁਸੀਂ ਆਪਦੇ ਪਾਪੇ ਦਾ ਫੋਨ ਫੜ ਕੇ ਸਾਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਕਿ ਤੁਹਾਨੂੰ ਬਿਸਕੁਟ ਮਿਲ ਗਏ ਸੀ ਕਿ ਨਹੀਂ ਪੁੱਤਰੋ ਸੁਖਦੀਪ ਨੇ ਤਾਂ ਯਾਰ ਮਸਾਂ ਪੰਜਾਂ ਚੋਂ ਇੱਕ ਹੀ ਖਾਦਾ ਤੁਸੀਂ ਆਪਦੀ ਗਿਣਤੀ ਮਿੰਤੀ ਮਾਰ ਕੇ ਦੇਖ ਲਿਓ ਮੁੜ ਕੇ ਕਿਤੇ ਐਵੇਂ ਸੁਖਦੀਪ ਦੇ ਖਾਤੇ ਜੀ ਪਾਈ ਬੈਠੇ ਹੋ ਮੋ ਪਲੇਟ 'ਚ ਬਿਸਕੁਟ ਸੀਗੇ ਪੰਜ ਸਾਨੂੰ ਮਿਲਿਆ ਇੱਕ ਇੱਕ ਜਣੀ ਅਸੀਂ ਖਾਦੇ ਦੋ ਤੇ ਉਹ ਸਾਲਾ ਭੁੱਖੜ ਜਾ ਤਿੰਨ ਖਾ ਗਿਆ ਨਹੀਂ ਨਹੀਂ ਪੁੱਤਰੋ ਸਾਨੂੰ ਵੱਡੇ ਮਹਾਰਾਜ ਦੀ ਸੌਂ ਲੱਗੇ ਇੱਕ ਹੀ ਖਾਦਾ ਯਾਰ ਦੋਸਤੋ ਮੂੜਾ ਸੈਗਿੰਗੇ ਜਿਹੜਾ ਬਣ ਗਿਆ ਤੇ ਥਾਵਾਂ ਪਿੰਡ ਦੀਆਂ ਹਲੇ ਤੁਹਾਨੂੰ ਬਹੁਤ ਦਿਖਾਉਣੀਆਂ ਨੇ ਤੇ ਜੇ ਹੁਣ ਹੋਰ ਥਾਵਾਂ ਦਿਖਾਉਣ ਲੱਗੇ ਤਾਂ ਪ੍ਰੋਗਰਾਮ ਬਹਾ ਲੰਮਾ ਹੋ ਜਾਣਾ ਫਿਰ ਲੰਮਾ ਪ੍ਰੋਗਰਾਮ ਪੂਰਾ ਦੇਖਿਆ ਨਹੀਂ ਜਾਂਦਾ ਇੰਉਂ ਕਰਦੇ ਆ ਅੱਜ ਆਪਾਂ ਇੱਥੇ ਹੀ ਰੋਕ ਦਿੰਦੇ ਆ ਪਿੰਡ ਦੀਆਂ ਬਾਕੀ ਸਾਂਝੀਆਂ ਥਾਵਾਂ ਤੇ ਹੋਰ ਜਾਣਕਾਰੀਆਂ ਤੁਹਾਨੂੰ ਕੱਲ ਨੂੰ ਦਿਆਂਗੇ ਤੇ ਅਸੀਂ ਸਰਦਾਰ ਸੁਖਦੇਵ ਸਿੰਘ ਖਾਲਸਾ ਪਿੰਡ ਫਾਗਲੇ ਵਾਲੇ ਵੀਰ ਦਾ ਤੇ ਰਾਜੂ ਭਾਈ ਆਟੇ ਦੀ ਚੱਕੀ ਵਾਲੇ ਦਾ ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਇਹਨਾਂ ਵੀਰਾਂ ਨੇ ਸਾਨੂੰ ਪੂਰਾ ਬਸੈਮੀ ਪਿੰਡ ਦਿਖਾਇਆ ਫੇਰ ਅਸੀਂ ਪਾਕਿਸਤਾਨ ਵਾਲੇ ਫਤਿਹ ਮੁਹੰਮਦ ਜੀ ਤੇ ਪੀਰ ਅਬਦਲਿ ਸ਼ਾਹ ਜੀ ਦੇ ਵੀ ਬਹੁਤ ਬਹੁਤ ਧੰਨਵਾਦ ਦੀਆਂ ਇਹਨਾਂ ਨੇ ਵੀ ਪਿੰਡ ਬਾਰੇ ਸਾਨੂੰ ਬਹੁਤ ਕੀਮਤੀ ਜਾਣਕਾਰੀਆਂ ਦਿੱਤੀਆਂ ਫੇਰ ਅਸੀਂ ਪੂਰੇ ਵਸਹਿਮੀ ਨਗਰ ਨਿਵਾਸੀਆਂ ਦੇ ਵੀ ਬਹੁਤ ਧੰਨਵਾਦ ਦੀਆਂ ਜਿਨ੍ਹਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਤੇ ਜੇ ਅੱਜ ਦੇ ਪ੍ਰੋਗਰਾਮ ਚ ਕਿਸੇ ਪਤਵੰਤੇ ਸੱਜਣ ਦਾ ਨਾਮ ਗਲਤ ਬੋਲਿਆ ਗਿਆ ਹੋਵੇ ਜਾਂ ਫਿਰ ਲਿਖਣ ਚ ਕੋਈ ਗਲਤੀ ਹੋ ਗਈ ਹੋਵੇ ਤਾਂ ਕਿਰਪਾ ਕਰਕੇ ਸਾਨੂੰ ਕਮੈਂਟ ਚ ਠੀਕ ਲਿਖ ਕੇ ਦੱਸ ਦਿਓ ਫੇਰ ਆਪਾਂ ਮੂਹਰਲੇ ਸੋਮਵਾਰ ਨੂੰ ਵਸਹਿਮੀ ਪਿੰਡ ਦੇ ਤੀਜੇ ਭਾਗ ਚ ਉਹ ਠੀਕ ਕਰਕੇ ਦੱਸ ਦਿਆਂਗੇ ਹੁਣ ਮੈਂ ਤੁਹਾ ਜੋਨ ਕੱਲ ਨੂੰ 4 ਵਜੇ ਮਿਲਦੇ ਆਂ ਬਸਹਿਮੀਪਿੰਡ ਦੇ ਦੂਜੇ ਪਾਗ ਚ ਸਾਰਿਆਂ ਨੂੰ ਸਸਰੀ ਅਕਾਲ ਤੇ ਪਾਕਿਸਤਾਨੀ ਵੀਰਾਂ ਭੈਣਾਂ ਨੂੰ ਖੁਦਾ ਹਾਫਿਜ਼ ਜਿਉਂਦੇ ਵੱਸਦੇ ਰਹੋ ਜੀ ਰੱਬ ਰੱਖਾ ਦੋਸਤੋ